ਬੱਸ ਦੇ ਵਿੱਚੋਂ ਇੱਕ ਬੱਸ ਦੇ ਵਿੱਚੋਂ ਅਸੀਂ ਉਤਰੇ ਆ, ਦੂਜੀ ਬੱਸ ਦੇ ਕੋਲ ਆ ਕੇ ਅਸੀਂ ਖੜੇ ਆ ਤੇ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਮੌਜੂਦ ਹੈਗੇ ਆ। ਰਾਜੇਵਾਲ ਸਾਹਿਬ, ਇੱਕ ਬੜਾ ਸਧਾਰਨ ਸਵਾਲ ਹੈ ਕਿ ਪਾਰਲੀਮੈਂਟ ਦਾ ਇਜਲਾਸ ਸਦਨ ਦੀ ਤੁਸੀਂ ਅੰਦਰ ਗੱਲ ਕੀਤੀ ਹੈ, ਉਸ ਤੇ ਜੇ ਗੱਲ ਕੀਤੀ ਹੈ ਜਵਾਬ ਕੀ ਆਇਆ? ਉਹਨਾਂ ਨੇ ਕਿਹਾ ਹਾਲੇ ਅੱਜ ਡਿਬੇਟ ਹੋਈ ਸਾਰੀ ਇਹ ਸੈਕਸ਼ਨ ਵਾਈਜ਼ ਸਾਰੇ ਕਾਨੂੰਨਾਂ ਦੇ ਉੱਤੇ ਬਹੁਤ ਲੰਬੀ ਚਰਚਾ ਹੋਈ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਕੱਲ੍ਹ ਆਪਣੀ ਸਰਕਾਰ ਦੀ ਮੀਟਿੰਗ ਕਰਦੇ ਹਾਂ ਅਤੇ ਤੁਸੀਂ ਆਪਣੀ ਮੀਟਿੰਗ ਕਰ ਲਓ, ਪਰਸੋਂ 2 ਵਜੇ ਫਿਰ ਇਕੱਠੇ ਹੋਵਾਂਗੇ, ਕੀ ਨਿਕਲਦਾ ਉਸ ਦਿਨ ਦੇਖੋ। ਰਾਜੇਵਾਲ ਸਾਹਿਬ, ਪਾਰਲੀਮੈਂਟ ਦੇ ਇਜਲਾਸ ਸਦਨ ਦੀ ਡਿਮਾਂਡ ਕਰਕੇ ਤੁਸੀਂ ਅੰਦੋਲਨ ਨੂੰ ਲੰਬਾ ਤਾਂ ਨਹੀਂ ਖਿੱਚ ਰਹੇ? ਇਹ ਚਰਚਾਵਾਂ ਬਾਹਰ ਸ਼ੁਰੂ ਹੋ ਚੁੱਕੀਆਂ। ਨਹੀਂ, ਪਾਰਲੀਮੈਂਟ ਦੇ ਇਜਲਾਸ ਤੋਂ ਬਿਨਾਂ ਇਹਨੇ ਇਹ ਨਹੀਂ ਹੈ ਵੀ ਉਹ ਪਹਿਲਾਂ ਆਰਡੀਨੈਂਸ ਕਰਨਗੇ ਫਿਰ ਉਹ ਪਾਰਲੀਮੈਂਟ ਦੇ ਵਿੱਚ ਇਜਲਾਸ 'ਚ ਫਿਰ ਉਹ ਪਾਸ ਹੋਊਗਾ। ਔਰ ਉਹਨੂੰ ਆਰਡੀਨੈਂਸ ਨੂੰ ਕੋਈ ਬਹੁਤੀ ਦੇਰ ਨਹੀਂ ਲੱਗਣਾ। ਕੈਬਨਿਟ ਮੀਟਿੰਗ ਕੀਤੀ, ਇੱਕ ਦਿਨ ਵਿੱਚ ਕੈਬਨਿਟ ਮੀਟਿੰਗ, ਅਗਲੇ ਦਿਨ ਆਰਡੀਨੈਂਸ ਹੋ ਜੂਗਾ ਅਤੇ ਫਿਰ ਉਹਨੂੰ ਪਾਸ ਕਰ ਦੇਣਗੇ ਪਾਰਲੀਮੈਂਟ 'ਚ। ਇਹ ਤਾਂ ਅਸੀਂ ਪ੍ਰੋਸੈਸ ਦੀ ਗੱਲ ਕੀਤੀ ਹੈ, ਇਹ ਤਾਂ ਨਹੀਂ ਵੀ ਅਸੀਂ 20 ਦਿਨ ਉਹਨੂੰ ਉਡੀਕਾਂਗੇ ਜਿੰਨੀ ਦੇਰ ਨੋਟਿਸ ਹੈ। ਅੰਦਰ ਬਹਿਸ ਬੜੀ ਤਿੱਖੀ ਹੋਈ ਹੈ ਜੋ ਸਾਨੂੰ ਪਤਾ ਲੱਗਿਆ, ਕਿੱਥੋਂ ਤੱਕ ਪਹੁੰਚੀ ਸੀ ਬਹਿਸ? ਬਹਿਸ ਇੱਕ ਇਸ਼ੂ 'ਤੇ ਬਹੁਤ ਜ਼ਿਆਦਾ ਹੋਈ ਹੈ, ਇਕੱਲੇ ਇਕੱਲੇ ਇਸ਼ੂ 'ਤੇ। ਇਤਫਾਕ ਇਹ ਸੀ ਵੀ ਚਲੋ ਮੈਂ ਅੱਜ ਇਕੱਲਾ ਨਹੀਂ ਸੀ, ਇੱਕ ਲੜਕੀ ਕਵਿਤਾ ਸਾਊਥ ਵਿੱਚੋਂ, ਉਹ ਬਹੁਤ ਅੱਛੀ ਤਰ੍ਹਾਂ, ਉਹ ਵੀ ਅੱਛੀ ਵਕਾਲਤ ਕਰਦੀ ਸੀ, ਉਹਨੇ ਵੀ ਬਹੁਤ ਵਧੀਆ ਢੰਗ ਨਾਲ ਪ੍ਰੈਜੈਂਟੇਸ਼ਨ ਕਵਿਤਾ ਨੇ ਦਿੱਤੀ ਅੰਦਰ। ਨਹੀਂ, ਮੈਂ ਸੀ ਕਵਿਤਾ ਸੀ ਅਤੇ ਮੋਸਟਲੀ ਇਹ ਸੀ ਆ ਪ੍ਰੇਮ ਸਿੰਘ ਪੰਗੂ ਐਡਵੋਕੇਟ, ਉਹ ਸੀਗੇ, ਅਸੀਂ 3 ਬੰਦਿਆਂ ਨੇ ਜ਼ਿਆਦਾ ਕੀਤਾ, ਬਾਕੀ ਆਪੋ ਆਪਣੀ ਕੰਟਰੀਬਿਊਸ਼ਨ ਹਰੇਕ ਦੀ ਹੈ। ਅਤੇ ਰਾਜੇਵਾਲ ਸਾਹਿਬ, ਜਿਹੜੇ ਤੁਸੀਂ ਨੁਕਤੇ ਸਾਰੇ ਬਣਾਏ ਹੈ ਇਹਦੇ ਬਾਰੇ, ਕੇਂਦਰ ਸਰਕਾਰ ਨੇ ਤੁਹਾਨੂੰ ਇਹ ਗੱਲਬਾਤ ਕਹੀ ਹੈ ਕਿ ਅਸੀਂ ਤੁਹਾਡੇ ਤੋਂ ਇੱਕ ਦਿਨ ਪਹਿਲਾਂ ਮੰਗੇ ਸੀ, ਤੁਸੀਂ ਸਾਨੂੰ ਅੱਜ ਸਵੇਰੇ ਦੇ ਰਹੇ ਹੋ, ਇਸ ਬਾਰੇ ਕੋਈ ਗੱਲਬਾਤ ਹੋਈ? ਨਹੀਂ ਨਹੀਂ ਨਹੀਂ, ਅੱਜ ਸਵੇਰੇ ਨਹੀਂ, ਇਹ ਉਹਨਾਂ ਨੂੰ 13 ਤਰੀਕ ਨੂੰ ਦੇ ਦਿੱਤੇ ਸੀ ਅਤੇ ਉਹ ਉਹਨਾਂ ਨੂੰ ਉਹ ਜਦੋਂ ਮੰਗਦੇ ਸੀ ਮੈਂ ਕਿਹਾ ਵੀ ਅਸੀਂ ਪਹਿਲਾਂ ਜਿਹੜੀ ਅਕਤੂਬਰ ਮਹੀਨੇ ਮੀਟਿੰਗ ਹੋਈ ਉਹਦੇ 'ਚ ਤੁਹਾਡੇ ਸੈਕਟਰੀ ਐਗਰੀਕਲਚਰ ਨੂੰ ਕੁਛ ਲਿਖ ਕੇ ਦਿੱਤਾ ਅਤੇ ਫਿਰ 13 ਨਵੰਬਰ ਦੀ ਮੀਟਿੰਗ ਵਿੱਚ ਅਸੀਂ ਫਿਰ ਮੰਤਰੀ ਜੀ ਨੂੰ ਲਿਖ ਕੇ ਦਿੱਤਾ, ਉਹਨੂੰ ਤੁਸੀਂ ਕੰਪਾਈਲ ਕਰ ਲਓ, ਸਾਡਾ ਕੇਸ ਕੰਪਲੀਟ ਹੋ ਜਾਂਦਾ। ਐਵੇਂ ਵਾਰ ਵਾਰ ਲਿਖ ਕੇ ਦੇਣ ਦੀ ਕੋਈ ਤੁੱਕ ਨਹੀਂ। ਤੁਸੀਂ ਅੰਦਰ ਇਹ ਗੱਲ ਕੀਤੀ ਹੈ ਕਿ ਤੁਸੀਂ ਵਾਰ ਵਾਰ ਬੈਠਕਾਂ ਕਿਉਂ ਸੱਦੀ ਜਾਂਦੇ ਹੋ, ਮਾਮਲਾ ਨਿਬੇੜੋ ਜੇ ਨਿਬੜਦਾ ਤਾਂ, ਨਹੀਂ ਤਾਂ ਇਹ ਵਾਰ ਵਾਰ ਸਾਨੂੰ ਬੈਠਕ ਵਿੱਚ ਸੱਦ ਕੇ ਤੁਸੀਂ ਤੰਗ ਕਰ ਰਹੇ ਹੋ, ਇੱਦਾਂ ਦੀ ਗੱਲਾਂ ਹੋਈਆਂ? ਨਹੀਂ, ਇੱਦਾਂ ਦੀ ਕੋਈ ਸਿੱਧੇ ਸਿੱਧੇ ਇੱਦਾਂ ਦੇ ਸ਼ਬਦਾਂ ਵਿੱਚ ਕੋਈ ਗੱਲ ਨਹੀਂ ਹੋਈ। ਹਾਂ, ਚਰਚਾ ਜ਼ਰੂਰ ਹੋਈ ਹੈ, ਚਰਚਾ ਸਾਰੀ ਹੋਈ ਹੈ ਡਿਟੇਲ 'ਚ। ਅਤੇ ਦੇਖੋ ਉਹਨਾਂ 'ਤੇ ਇਹ ਅੰਦੋਲਨ ਹੁਣ ਅੱਜ ਇਕੱਲੇ ਪੰਜਾਬ ਦਾ ਨਹੀਂ ਰਿਹਾ, ਇਹ ਸਾਰੇ ਦੇਸ਼ ਦਾ ਹੋ ਗਿਆ, ਬਲਕਿ ਇੰਟਰਨੈਸ਼ਨਲ ਅੰਦੋਲਨ ਹੋ ਗਿਆ, ਸਾਰੀ ਦੁਨੀਆ ਵਿੱਚ ਇਹਨਾਂ ਕਾਨੂੰਨਾਂ ਦਾ ਵਿਰੋਧ ਹੋ ਰਿਹਾ। ਮੈਨੂੰ ਇੱਕ ਸਟੇਜ 'ਤੇ ਕਹਿਣਾ ਪਿਆ ਵੀ ਮੰਤਰੀ ਜੀ ਮੈਨੂੰ ਇੱਕ ਸਮਝਾਇਓ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਬਾਹਰ ਸਾਰੀ ਮੂਰਖਾਂ ਦੀ ਹੈ ਕੀ? ਜਿਹੜੇ ਰਿਟਾਇਰਡ ਹਾਈਕੋਰਟ ਦੇ ਜੱਜ ਨੇ ਉਹਨਾਂ ਨੇ ਕਿਹਾ ਵੀ ਕਾਨੂੰਨ ਗਲਤ ਬਣੇ ਨੇ, ਉਹ ਮੂਰਖ ਨੇ ਸੱਤਰੇ ਬਸਤਰੇ ਗਏ? ਕੀ ਜਿਹੜੇ ਰਿਟਾਇਰਡ IAS ਅਫਸਰ ਸਾਨੂੰ ਸਪੋਰਟ ਕਰ ਰਹੇ ਨੇ ਉਹ ਮੂਰਖ ਨੇ? ਕੀ ਤੁਸੀਂ ਸਾਰੇ ਲੋਕਾਂ ਨੂੰ ਮੂਰਖ ਸਮਝਦੇ ਹੋ? ਜਾਂ ਤੁਹਾਨੂੰ ਇਕੱਲਿਆਂ ਨੂੰ ਹੀ ਨਹੀਂ ਸਮਝ ਪੈਂਦੀ, ਤੁਸੀਂ ਜਾਣ ਕੇ ਇਹਦੇ ਪਿੱਛੇ ਕੋਈ ਬੇਈਮਾਨੀ ਹੈ? ਇੱਦਾਂ ਦੀਆਂ ਗੱਲਾਂ ਸਾਰੀਆਂ ਹੋਈਆਂ ਖੁਦ ਤਿੱਖੀਆਂ, ਇੱਦਾਂ ਦੀਆਂ ਗੱਲਾਂ ਸਿੱਧੀਆਂ ਜਿਹੜੀਆਂ ਤੁਸੀਂ ਕਰ ਰਹੇ ਹੋ, ਇਹ ਉਹ ਸੁਣ ਰਹੇ ਸੀ ਤੁਹਾਡੀਆਂ ਗੱਲਾਂ? ਹਾਂ, ਪੂਰਾ। ਮਤਲਬ ਮੈਂ ਤਾਂ ਉਹਨਾਂ ਹੁਣ ਇੱਥੇ ਬਾਹਰ ਮੀਡੀਆ 'ਚ ਕਹਿਣਾ ਠੀਕ ਨਹੀਂ, ਜਿੰਨਾ ਸਖਤ ਮੈਂ ਉੱਥੇ ਸ਼ਬਦ ਵਰਤ ਲਏ ਅਤੇ ਉਹ ਤਾਂ ਤਕੜੇ ਰਹੇ ਜਿਹੜੇ ਚੱਲ ਗਏ, ਆਹ ਤਾਂ ਕੁਝ ਵੀ ਨਹੀਂ। ਅੱਛਾ, ਇਹਦਾ ਮਤਲਬ ਮੇਰੇ ਕੋਲ ਸਹੀ ਜਾਣਕਾਰੀ ਆਈ ਹੈ ਬਾਹਰ ਕਿ ਤੁਸੀਂ ਅੰਦਰ ਬਹੁਤ ਤਲਖੀ 'ਚ ਬੋਲੇ ਹੋ? ਨਹੀਂ, ਤਲਖੀ ਨਹੀਂ, ਸ਼ਬਦ ਬਹੁਤ ਸਖਤ ਸੀ, ਮੈਂ ਤਲਖੀ ਗੁੱਸੇ 'ਚ ਨਹੀਂ ਆਇਆ, ਮੈਂ ਸ਼ਬਦਾਵਲੀ ਬਹੁਤ ਸਖਤ ਵਰਤੀ। ਜਿਸ ਤਰ੍ਹਾਂ ਦਾ ਉਹ ਸਮਝਦੇ ਆ ਨਾ ਵੀ ਕਿਸਾਨ ਮੂਰਖ ਹੈ, ਅਤੇ ਉਹਨੂੰ ਅਸੀਂ ਕਿਹਾ ਵੀ ਤੁਸੀਂ ਸਾਰੇ ਲੋਕਾਂ ਨੂੰ ਮੂਰਖ ਸਮਝਦੇ ਹੋ, ਤੁਸੀਂ ਸਮਝਦੇ ਹੋ, ਸਾਨੂੰ ਸਮਝ ਹੀ ਨਹੀਂ ਪਏ, ਅਸੀਂ ਤਾਂ ਘਸਾਤ 'ਤੇ ਤੁਹਾਡੇ ਐਕਟ ਜਿਹੜੇ ਨੇ ਪੜ੍ਹ ਪੜ੍ਹ ਕੇ, ਇੱਦਾਂ ਦੀ ਗੱਲ ਹੋਈ ਹੈ। ਤੁਸੀਂ ਪਿਛਲੀ ਵਾਰੀ ਇਹ ਗੱਲ ਕੀਤੀ ਸੀ ਕਿ ਅਮਿਤ ਸ਼ਾਹ ਹੋਰਾਂ ਦੇ ਲੈਵਲ ਦਾ ਇਹ ਮੁੱਦਾ ਹੈਗਾ, ਇਹਨਾਂ ਦੇ ਵਾਸਤਾ ਨਹੀਂਗਾ, ਅੱਜ ਵੀ ਤੁਸੀਂ ਉਸੇ ਗੱਲ 'ਤੇ ਕਾਇਮ ਹੋ? ਨਹੀਂ, ਇਹ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕੱਲ੍ਹ ਮੀਟਿੰਗ ਹੋਏਗੀ, ਮੈਨੂੰ ਲੱਗਦਾ ਜੋ ਉਹਨਾਂ ਦੇ ਚਿਹਰਿਆਂ ਤੋਂ ਲੱਗਦਾ ਹੈ, ਉਹਨਾਂ ਦੀਆਂ ਗੱਲਾਂ ਤੋਂ ਲੱਗਦਾ, ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਉਹਨਾਂ ਦੀਆਂ ਮੀਟਿੰਗਾਂ ਇਹਨਾਂ ਦੇ ਨਾਲ ਚੱਲ ਰਹੀਆਂ, ਉੱਥੋਂ ਡਾਇਰੈਕਸ਼ਨਸ ਲੈ ਕੇ ਹੀ ਗੱਲ ਕਰਦੇ ਨੇ। ਚਲੋ, ਬਹੁਤ ਧੰਨਵਾਦ ਬਲਬੀਰ ਸਿੰਘ ਰਾਜੇਵਾਲ। ਹੁਣ ਤੁਹਾਡਾ ਜਿਹੜਾ ਸਿੰਘੂ ਬਾਰਡਰ 'ਤੇ ਤੁਸੀਂ ਆਪਣੇ ਅੰਦੋਲਨ ਵਿੱਚ ਪਹੁੰਚ ਚੁੱਕੇ ਹੋ, ਤੁਹਾਡਾ ਬਹੁਤ ਸ਼ੁਕਰੀਆ। ਮਿਹਰਬਾਨੀ।